ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਜੇ ਤੁਸੀਂ ਸਿੱਖਾਂ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਪ੍ਰੇਮ ਕਰੋ ਤੇ ਦੂਸਰੀ ਗੱਲ ਕੇਸਾਂ ਦੀ ਮਹੱਤਤਾ ਬੜੇ ਸੰਖੇਪ ਵਿੱਚ ਦਰਸਾਈ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜੇ ਤੁਸੀਂ ਸਿੱਖ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਪ੍ਰੇਮ ਕਰੋ ਹਾਂਜੀ ਜੇ ਤੁਸੀਂ ਸਿੱਖ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਪ੍ਰੇਮ ਕਰੋ ਘਾ ਦੇ ਪੂਲੇ ਇਠਾਂ ਚੰਗਿਆੜੀ ਮਗ ਰਹੀ ਹੈ ਇਹ ਉਹ ਜਿਹਾ ਹੀ ਪ੍ਰਕਾਸ਼ ਹੈ ਜਿਉ ਉਹ ਜਿਹਾ ਪੈਗੰਬਰ موسیٰ ਨੇ ਸਿਨਾਈ ਯਾਨੀ ਤੂਰ ਪਹਾੜ ਤੇ ਤੱਕਿਆ ਸੀ ਰਾਜਨੀਤੀ ਦੇ ਵੱਡੇ ਢੇਰ ਥਲੇ ਹਾਲੇ ਵੀ ਸਿੱਖੀ ਦੀ ਆਤਮਾ ਚਮਕਾ ਰਹੀ ਹੈ ਸਿੱਖਾਂ ਦੇ ਕੇਸ ਉਸ ਨੂੰ ਦੂਜਿਆਂ ਨਾਲੋਂ ਨਿਖੇੜਦੇ ਹਨ ਅਤੇ ਇਹ ਉਸ ਵਿਚਲੇ ਅਦੁੱਤੀ ਪ੍ਰੇਮ ਦੇ ਪ੍ਰਤੀਕ ਹਨ ਬ੍ਰਾਹਮਣਵਾਦੀ ਭਾਰਤ ਵਿੱਚ ਇਹ ਆਤਮਾ ਬਿਲਕੁਲ ਹੀ ਮਰ ਜਾਂਦੀ ਜੇਕਰ ਇਸ ਬਾਰੋਂ ਗੁੱਦੜ ਦਿਸਣ ਵਾਲੇ ਸਿੱਖਾਂ ਨੇ ਇਹਨਾਂ ਕੇਸਾਂ ਨੂੰ ਸੁਰੱਖਿਅਤ ਨਾ ਰੱਖਿਆ ਹੁੰਦਾ ਹਾਂਜੀ ਬ੍ਰਾਹਮਣਵਾਦੀ ਭਾਰਤ ਵਿੱਚ ਇਹ ਆਤਮਾ ਬਿਲਕੁਲ ਹੀ ਮਰ ਜਾਂਦੀ ਜੇਕਰ ਇਸ ਬਾਰੋਂ ਗੁੱਦੜ ਦਿਸਣ ਵਾਲੇ ਸਿੱਖਾਂ ਨੇ ਇਹਨਾਂ ਕੇਸਾਂ ਨੂੰ ਸੁਰੱਖਿਅਤ ਨਾ ਰੱਖਿਆ ਹੁੰਦਾ ब्राह्मणवादी भारत ਵਿੱਚ ਹਾਲੀਂ ਵੀ ਜਿਨ੍ਹਾਂ ਅੰਦਰ ਜੀਵਨ ਦੀ ਧੜਕਣ ਤੇ ਚੰਗਿਆੜੀ ਮੌਜੂਦ ਹੈ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਨਿਖੇੜ ਕੇ ਰੱਖਦੇ ਹਨ ਅਤੇ ਅਜੇ ਹੀ ਕੁਦਰਤੀ ਸਰੂਪ ਨੂੰ ਹੀ ਸੁਰੱਖਿਅਤ ਰੱਖ ਰਹੇ ਹਨ ਉਹ ਵਚ ਯਨ ਹੈ ਬੱਚਾ ਇਹ ਮਤ ਬੜਾ ਅਗਾਤ ਤੇ ਪਰਗੂੜ ਹੈ ਜਿਸ ਨੂੰ ਸਮਝਣਾ ਬੜਾ ਕਠਿਨ ਹੈ ਇਹ ਅਤ ਉਤਮ ਹੈ ਜੋ ਤਰਕ ਰਾਹੀ ਨਹੀਂ ਸਮਝਿਆ ਜਾ ਸਕਦਾ ਇਹ ਬੜਾ ਸੂਖਮ ਹੈ ਤੇ ਕੇਵਲ ਧਾਨੇਪੁਰਖ ਹੀ ਇਸ ਨੂੰ ਜਾਣ ਸਕਦੇ ਹਨ ਤੁਸੀਂ ਜਿਹੜੇ ਕਿਸੇ ਹੋਰ ਫਿਰਕੇ ਨਾਲ ਸੰਬੰਧ ਰੱਖਦੇ ਹੋ ਵੱਖਰੇ ਨੇਚੇ ਦੇ ਧਾਰਣੀ ਹੋ ਕਿਸੇ ਹੋਰ ਦਰਸ਼ਨ ਤੋਂ ਪ੍ਰੇਰਣਾ ਲੈਂਦੇ ਹੋ ਵੱਖਰੇ ਸੰਜਮ ਜਾਂ ਅਨੁਸ਼ਾਸਨ ਦੇ ਧਾਰਣੀ ਹੋ ਅਤੇ ਹੋਰ ਕਿਸੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹੋ ਉਹਨਾਂ ਲਈ ਇਹ ਕਠਨ ਸਿਧਾਂਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ